ਅੰਮ੍ਰਿਤਸਰ ਨਜ਼ਦੀਕੀ ਪਿੰਡ ਖਾਲਸੇ ਨੇੜੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਸਿੱਖ ਡਰਾਈਵਰ ਨਾਲ ਧੱਕਾ ਮੁੱਕੀ ਕੀਤੇ ਜਾਣ ਅਤੇ ਦਸਤਾਰ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਮੇਰੀ ਜਾਣਕਾਰੀ ਅਨੁਸਾਰ ਬੱਸ ਜਦ ਰੋਡ 'ਤੇ ਜਾ ਰਹੀ ਸੀ ਤਾਂ ਪੁਲਿਸ ਵਾਲੇ ਨੇ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਬੱਸ ਬਹੁਤ ਜ਼ਿਆਦਾ ਭਰੀ ਹੋਈ ਸੀ। ਜਦੋਂ ਡਰਾਈਵਰ ਨੇ ਬੱਸ ਨਾ ਰੋਕੀ ਤਾਂ ਪੁਲਿਸ ਵਾਲੇ ਨੇ ਡਰਾਈਵਰ ਨੂੰ ਚੱਲਦੀ ਬੱਸ 'ਚੋਂ ਥੱਲੇ ਉਤਾਰ ਲਿਆ ਅਤੇ ਜਦੋਂ ਉਸਦੇ ਕੇਸਾਂ ਨੂੰ ਹੱਥ ਪਾਇਆ ਤਾਂ ਸਿੱਖ ਡਰਾਈਵਰ ਦੀ ਦਸਤਾਰ ਉਤਰ ਗਈ, ਜਿਸ ਤੋਂ ਬਾਅਦ ਆਸ ਪਾਸ ਦੇ ਲੋਕ ਭੜਕ ਗਏ ਅਤੇ ਉਹਨਾਂ ਨੇ ਪੁਲਿਸ ਵਾਲੇ ਨੂੰ ਘੇਰ ਲਿਆ। ਯਾਰ ਸਾਰਾ ਕਿਹਾ ਤੂੰ ਪਗਲਾ ਨਹੀਂ ਕਿਹਾ ਜੀ, ਯਾਰ ਆ ਡਰਾਈਵਰ ਜੀ ਨੂੰ ਪਗ ਲਾਈ ਸਟੇਜ ਤੇ ਬੈਠਿਆ ਜੀ, ਗੱਡੀ ਫੁੱਟ ਵਾਲੀਆਂ ਚੜ੍ਹ ਜਾਂਦੀ ਉਹਦਾ ਜੂੜਾ ਵੱਢ ਦੇ ਨੇ ਪੁਰਾ ਜਸਵੀਰ ਯਾਰ ਬਣਾਉਣੀ ਨੀ ਯਾਰ ਸਾਡੇ ਕੋਲ ਪ੍ਰੂਫ ਕੀ ਆ, ਕੀ ਪ੍ਰੂਫ ਸਾਡੇ ਕੋਲ? ਤੂੰ ਕਿਤੇ ਆਉਂਦਾ ਵੀਡੀਓ ਨਾ ਬਣਾਓ, ਤੂੰ ਕਿਤੇ ਕਹਿੰਦਾ ਵੀਡੀਓ ਨਾ ਬਣਾਓ, ਗੁਰਜੀਤ ਸਿੰਘ ਆਉਂਦਾ ਜੀ ਵੀਡੀਓ ਨਾ ਬਣਾਓ, ਏ ਸਾਡੇ ਕੋਲ ਪ੍ਰੂਫ ਕੀਤਾ ਸੀ ਵੀਡੀਓ ਨੇ ਬਣਾਈਆਂ ਦੇ? ਤੁਸੀਂ ਤਾਂ ਆਪਣੀ ਦਾਦਾਗਿਰੀ ਕਰਨ ਡਿਆ ਜੇ, ਤੂੰ ਕਿਤੇ ਪੱਗ ਲਾ ਸੀ ਡਰਾਈਵਰ ਦੀ ਸਟੇਜ ਤੇ ਬੈਠਿਆ ਜੀ, ਤੈਨੂੰ ਪਤਾ ਹੈਗਾ ਨਾ ਇੱਕ ਮਿੰਟ ਗੱਡੀ ਚੱਲੋ ਕੀ ਗੱਲ ਹੋਈ ਦੱਸੋ, ਸਵਾਰੀਆਂ ਗਾੜੀ ਪੱਗ ਲਾਉਂਦਾ ਡਰਾਈਵਰ ਦੀ ਝੂਠ ਬੋਲਣਾ ਸਾਰਾ ਤੂੰ ਕੱਲਾ ਸੱਜਾ ਯਾਰ ਦੱਸੋ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਦੱਸੋ ਤੁਸੀਂ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਥੇ ਕਾਰਵਾਈ ਹੋਊਗੀ ਤੇ ਫਿਰ ਹੀ ਜਾਮ ਖੋਲਣੇ ਸਾਡੀਆਂ ਕੋਈ ਪੱਗਾਂ ਲਾ ਤੂੰ ਯਾਰ ਇੱਥੇ ਅਸੀਂ ਮੁਲਾਜ਼ਮ ਨਹੀਂ ਆ ਇਹਨਾਂ ਦੀ ਗੁੰਡਾਗਰਦੀ ਯਾਰ ਭਾਜੀ ਇੱਕ ਮਿੰਟ ਭਾਜੀ ਕੀ ਗੱਲ ਹੋਈ ਆ ਅਸੀਂ ਬੱਸ ਵਿੱਚ ਬੈਠੇ ਸੀਗੇ ਹਾਂਜੀ ਬੱਸ ਪਹਿਲਾਂ ਹੀ ਭਰੀ ਹੋਈ ਸੀ ਹਾਂਜੀ ਇਹਨੇ ਡਰਾਈਵਰ ਨੇ ਬੱਸ ਜਦੋਂ ਨਹੀਂ ਰੋਕੀ ਹਾਂਜੀ ਤਾਂ ਪੁਲਿਸ ਮੁਲਾਜ਼ਮ ਜਿਹੜਾ ਉਹ ਅੱਗੇ ਹੋ ਗਿਆ। ਅੱਛਾ ਜੀ ਦੱਸੋ ਰਾ ਵੀ ਸਟਾਫ ਦੇ ਵਿੱਚ ਚੜਾਏ ਨਹੀਂ ਦੱਸਣਾ ਤੁਸੀਂ ਖਲੋ ਯਾਰ ਇੱਕ ਮਿੰਟ ਗੱਲ ਕਰਨ ਦੇਣਾ ਇਹ ਅੱਗੇ ਹੋ ਗਏ ਡਰਾਈਵਰ ਨੇ ਬ੍ਰੇਕ ਮਾਰੀ ਇੱਕਦਮ ਪਾਸੇ ਦੀ ਕੱਢਣ ਲੱਗਾ ਫੁੱਟਪਾਥ ਪਾਸੇ ਦੀ ਠੀਕ ਆ ਪੁਲਿਸ ਮੁਲਾਜ਼ਮ ਬਾਰੀ ਖੋਲ ਕੇ ਉੱਪਰ ਚੜਿਆ ਚੱਲਦੀ ਬੱਸ ਦੇ ਵਿੱਚ ਡਰਾਈਵਰ ਨੂੰ ਜੂੜਿਓ ਫੜ ਕੇ ਉਹਦੀ ਪੱਗ ਲਾਈ ਆ ਉਹਨੂੰ ਜੂੜਿਓ ਫੜਿਆ। ਜੇ ਕੋਈ ਘਟਨਾ ਹੋ ਜਾਂਦੀ ਗੱਡੀ ਆਸ ਪਾਸੇ ਸਵਾਰੀਆਂ ਦਾ ਮਰਨ ਦਾ ਕੌਣ ਜ਼ਿੰਮੇਵਾਰ ਸੀ? ਬਿਲਕੁਲ ਅਸੀਂ ਇਹਦਾ ਫਰਜ਼ ਇਹ ਬਣਦਾ ਸੀ ਅਸੀਂ ਨਹੀਂ ਕਹਿੰਦੇ ਆਪਣੀ ਕਾਰਵਾਈ ਕਰਦੇ ਇਹਦਾ ਫਰਜ਼ ਇਹ ਬਣਦਾ ਸੀ ਪਹਿਲਾਂ ਬੱਸ ਨੂੰ ਰੋਕਦੇ ਅੰਦਰ ਬੈਠੀਆਂ ਬੱਸ ਦੇ ਵਿੱਚ ਸਵਾਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ। ਭਾਜੀ ਸਵਾਰੀਆਂ ਮਰ ਜਾਂਦੇ ਕੋਈ ਗੱਡੀ ਪਲਟੀਆਂ ਦੀ ਕੌਣ ਜ਼ਿੰਮੇਵਾਰ ਸੀ? ਥਾਣੇ ਕਾਹਲੀ ਚੱਲ ਠੀਕ ਹੈ ਥਾਣੇ ਚੱਲ ਕੇ ਤੁਹਾਡੀ ਦਾਦਾਗਿਰੀ ਚੱਲਣੀ ਉਹਦੇ ਇੱਥੇ ਸਦੋ ਜੀ ਨੂੰ ਸੱਦਣਾ।